ਸਾਰੀ ਪੰਚਾਇਤ ਦੇ ਵਿੱਚ ਉੱਠ ਕੇ ਚੌਧਰੀ ਨੂੰ ਕਹਿਣ ਦੇ, ਚੌਧਰੀ ਸਾਹਿਬ ਸਾਡੀਆਂ ਕੁੜੀਆਂ ਕਿਸੇ ਨੂੰ ਘਰੋਂ ਨਹੀਂ ਬੁਲਾਉਣ ਜਾਂਦੀਆਂ। ਸਾਡੀ ਕਿਸਮਤ ਚੰਗੀ, ਤੁਸੀਂ ਕੋਈ ਨੇਕੀ ਦਾ ਕੰਮ ਕੀਤਾ ਹੈ, ਮੈਂ ਤੁਹਾਡੇ ਘਰ ਆਇਆ, ਵਰਨਾ ਮੈਨੂੰ ਕੌਣ ਫੜ ਦਿੰਦਾ ਜੀ। ਯਾਰ ਉੱਥੇ ਸਫਾਈ ਬੜੀ ਸੀ। ਨੌਕਰੀ ਕਰਨਾ ਸੀ, ਉੱਥੇ ਤਨਖਾਹ ਕਿੰਨੀ ਤੇਰੀ? ਉੱਥੇ ਤਨਖਾਹ ਕੋਈ ਨੀ ਸੀ, ਉੱਤੋਂ ਜਾਣਾ ਮੇਰੇ। ਲਓ ਜੀ, ਇੱਕ ਦਿਨ ਮੇਰੀ ਵੱਡੀ ਦਿਹਾੜੀ ਲੱਗ ਗਈ, ਕਿਸੇ ਬੰਦੇ ਨੇ ਨਸ਼ੇ ਚ ਆ ਕੇ ਨੀ ਕਰਕੇ 98,000 ਦੀ ਮਾਰੀ ਕਾਪੀ ਉੱਤੇ, ਉਹ ਖੁੱਲੀ ਨੀ, ਸਾਰੀ ਪੱਖੇ ਦੇ ਰਹਿ ਗਈ। ਮੈਂ ਪੌੜੀ ਲਾ ਕੇ ਲਾ ਲਈ, ਫਿਰ ਮੈਂ 2 ਮਹੀਨੇ ਕੰਜਰਾਂ ਕੋਲ ਕੰਮ ਕਰਾਏ। ਯਾਰ ਪੈਸਾ ਕੀ, 2 ਕਰੋੜ ਰੁਪਏ ਰੱਖਿਆ ਸੀ ਬੈਂਕ ਚ। ਅੱਛਾ, ਬੈਂਕ ਨੀ ਸਾਨੂੰ ਯਾਦ ਆ ਰਿਹਾ, ਬੈਂਕ ਯਾਦ ਆਏਗਾ। ਮੈਂ ਤੇ ਬੀਬੀ ਸਬਜ਼ੀ ਬੜੇ ਸ਼ੌਕ ਨਾਲ ਖਾਂਦਾ, ਜਿਹਨੂੰ ਵੈਜੀਟੇਬਲ ਕਹਿੰਦੇ ਨੇ। ਅੱਛਾ, ਆ ਪਠਾਨ ਖੀਰੇ ਦੀ ਜਾਨ ਨੀਚੇ ਛੱਡਦਾ। ਮੈਂ ਅਸੀਂ ਮਰਾਸੀ ਨੀ ਸ਼ੌਕੀਆ ਗਾਨਾ ਵੈਸੇ ਬਾਟਮ। ਇਹ ਵੀ ਬਾਥਰੂਮ ਚ ਗਿਆ, ਕਹਿੰਦਾ ਮੈਂ ਹਾਲੀ ਬੂਹਾ ਖੋਲਿਆ, ਸਾਹਮਣੇ ਲਿਖਿਆ ਸੀ ਕਿੱਧਰ ਕਿਹੜੀ ਚੀਜ਼ ਹੈ? ਆਪਣਾ ਗੇਂਦ, ਬੱਲਾ ਕੇ ਵਿਕਟਾਂ? ਯਾਰ ਯਾਰ